ਇਹਨਾਂ ਦਾ ਇੱਕੋ ਰਟਿਆ ਪਿਟਿਆ ਬਿਆਨ ਹੈ ਵੀ ਸਾਡੇ ਕੋਲ ਸਾਡਾ ਫੋਨ ਵੀ ਚੋਰੀ ਹੋ ਗਿਆ, ਸਾਡਾ ਆਈਡੀ ਪ੍ਰੂਫ ਵੀ ਚੋਰੀ ਹੋ ਗਿਆ, ਸਭ ਕੁਝ ਚੋਰੀ ਹੋ ਗਿਆ, ਸਾਡੇ ਕੋਲ ਕੁਝ ਹੈ ਨਹੀਂ। ਸੋ ਇਹ ਪਹਿਲਾਂ ਹੀ ਇਹ ਪਲਾਨ ਕਰਕੇ ਆਉਂਦੇ ਆ ਵੀ ਇੱਕ ਤਾਂ ਨਸ਼ੇ ਦੀ ਹਾਲਤ 'ਚ ਆਉਂਦੇ ਆ, ਉਸ ਤੋਂ ਬਾਅਦ ਇਹਨਾਂ ਕੋਲ ਆਈਡੀ ਪ੍ਰੂਫ ਕੋਈ ਹੁੰਦਾ ਨਹੀਂ ਵੀ ਜੇ ਇਨਕੇਸ ਫੜੇ ਜਾਈਏ ਤਾਂ ਅਸੀਂ ਇੱਦਾਂ ਕਹਿ ਦਈਏ। ਇਹਨਾਂ ਕੋਲ ਇੱਕ ਫੋਨ ਵੀ ਬਰਾਮਦ ਹੋਇਆ ਹੈ, ਸਾਨੂੰ ਸ਼ੱਕ ਹੈ ਵੀ ਉਹ ਚੋਰੀ ਦਾ। ਅਸੀਂ ਇਹਨਾਂ ਨੂੰ ਕਿਹਾ ਵੀ ਜਦ ਤੱਕ ਬਿੱਲ ਨਹੀਂ ਆਉਂਦਾ ਉਹਦਾ ਅਤੇ ਜਦ ਤੱਕ ਇਹਨਾਂ ਦਾ ਕੋਈ ਮੋਹਤਵਾਰ ਬੰਦਾ ਇੱਥੇ ਆ ਕੇ ਇਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਦਾ ਉਦੋਂ ਤੱਕ ਅਸੀਂ ਨਹੀਂ ਛੱਡਾਂਗੇ। ਜਿਹੜੇ ਬੰਦੇ ਫੜੇ ਜਾਂਦੇ ਆ ਸਾਡੇ ਕੋਲ ਸਫਾਈ ਦਾ ਥੋੜ੍ਹਾ ਜਿਹਾ ਰਹਿੰਦਾ ਵਾ, ਫਿਰ ਉਹਨਾਂ ਦੀ ਸਫਾਈ ਦੀ ਸੇਵਾ ਲਾ ਦਿੰਦੇ। ਇਹ ਇਹਨਾਂ ਨੇ ਮੈਨੂੰ ਮੇਰੇ ਕੋਲ ਦਿਆ, ਕੁਝ ਖਾਣੇ ਕੋ ਵੀ ਦਿਆ, ਚਾਏ ਕੌਫੀ ਉਹ ਵੀ ਦੀਏ ਮੇਰੇ ਕੋ। ਕਿਆ ਆਪਕੀ ਮਜਬੂਰੀ ਕਿਆ? ਨਸ਼ਾ ਕਰਤੇ ਹੋ, ਪੈਸੇ ਨਹੀਂ ਹੈ, ਖਾਣੇ ਕੇ ਲਈ ਕੁਛ ਨਹੀਂ ਹੈ, ਮਜਬੂਰੀ ਬਤਾਓ, ਆਪਕੀ ਹੈਲਪ ਕਰੇਂਗੇ, ਮਦਦ ਕਰੇਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਸ ਤਰੀਕੇ ਨਾਲ ਸਿੰਘੂ ਬੋਰਡਰ 'ਤੇ ਲਗਾਤਾਰ ਹੀ ਸ਼ਰਾਰਤੀ ਅਨਸਰ ਪਕੜੇ ਜਾ ਰਹੇ ਨੇ, ਦੋ ਦਿਨ ਪਹਿਲਾਂ ਵੀ ਪਕੜੇ ਗਏ ਸੀ, ਚੋਰੀ ਕੀਤੀ ਸੀ ਉਹਨੇ ਵੀ, ਉਸ ਤੋਂ ਬਾਅਦ ਪੈਸੇ ਲਗਾਤਾਰ ਕੱਢੇ ਜਾ ਰਹੇ ਸੀ, ਇੱਥੇ ਲਾਇੰਸ ਦੇ ਲਗਾਤਾਰ ਪੋਸਟ ਵੀ ਵੰਡੇ ਜਾ ਰਹੇ ਸੀ। ਇਹੋ ਜਿਹੇ ਸ਼ਰਾਰਤੀ ਅਨਸਰ ਪਕੜੇ ਨੇ ਉਹਨਾਂ ਵਲੰਟੀਅਰ ਜੋ ਨੇ, ਉਹਨਾਂ ਨੇ ਇੱਕ ਵਿਅਕਤੀ ਪਕੜਿਆ ਜਿਵੇਂ ਤੁਸੀਂ ਦੇਖਦੇ ਹੋ ਸਕਰੀਨ ਦੇ ਉੱਤੇ। ਮੈਂ ਪਹਿਲਾਂ ਜਿਵੇਂ ਜ਼ਿਕਰ ਕਰਦਾ, ਭੁੱਖ ਦੀ ਕਿਸੇ ਨੂੰ ਲੋੜ ਹੈ ਜਾਂ ਭੁੱਖਾ ਕੋਈ ਪੇਟ ਹੁੰਦਾ, ਬੰਦਾ ਰੋਟੀ ਚੋਰੀ ਕਰਕੇ ਖਾ ਸਕਦਾ, ਉੱਥੇ ਉਹ ਬਖਸ਼ਿਆ ਵੀ ਜਾਂਦਾ। ਪਰ ਜੇ ਅਸੀਂ ਕਹਿੰਦੇ ਟਰੈਕਟਰ ਦਾ ਸਮਾਨ ਲਾ ਦੇ, ਅਸੀਂ ਜੋ ਟਰੈਕਟਰ ਟਰਾਲੀਆਂ ਖੜ੍ਹੇ ਸੀ ਇੱਥੇ, ਇਹ ਨਿੰਦਣਯੋਗ ਹੈ, ਇਹ ਨਹੀਂ ਹੋਣਾ ਚਾਹੀਦਾ। ਜੇ ਇਸ ਵਿਅਕਤੀ ਨੂੰ ਰੋਟੀ ਚਾਹੀਦੀ ਹੈ, ਕੱਪੜਾ ਚਾਹੀਦਾ ਜਾਂ ਸੌਣ ਦੀ ਜਗ੍ਹਾ ਚਾਹੀਦੀ, ਵਲੰਟੀਅਰ ਪ੍ਰੋਵਾਈਡ ਕਰਵਾ ਦੇਣੇ, ਉਹ ਸਾਰੀਆਂ ਸਹੂਲਤਾਂ ਦੇ ਦੇਣੇ। ਪਰ ਚੋਰੀ ਕਰਨਾ ਇਹ ਜਿੱਥੋਂ ਤੱਕ ਲੱਗਦਾ ਜਾਇਜ਼ ਨਹੀਂ ਹੈਗਾ। ਆਪਾਂ ਪਹਿਲਾਂ ਵਲੰਟੀਅਰ ਨਾਲ ਗੱਲਬਾਤ ਕਰਾਂਗੇ ਵੀ ਕਿੱਥੋਂ ਪਕੜੇ ਗਏ ਨੇ। ਇਹ ਬੰਦਾ ਪਹਿਲਾਂ ਵੀ ਪਕੜਿਆ ਗਿਆ ਸੀ, ਇਹਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਸੀ, ਦੁਬਾਰਾ ਫਿਰ ਇਸ ਨੇ ਹਰਕਤ ਕੀਤੀ ਹੈ। ਮਜਬੂਰੀ ਵੀ ਹੋ ਸਕਦੀ ਹੈ, ਪਰ ਇੰਨੀ ਮਜਬੂਰੀ ਵੀ ਨਹੀਂ ਕਿ ਲੋਹਾ ਲਾਉਣ ਲੱਗ ਪਵੇ ਟਰਾਲੀਆਂ ਤੋਂ। ਮਜਬੂਰੀ ਰੋਟੀ ਦੀ ਹੋ ਸਕਦੀ ਹੈ, ਰੋਟੀ ਮਿਲਦੀ ਵੀ ਹੈ, ਸੌਣ ਦੀ ਹੋ ਸਕਦੀ ਹੈ, ਬਿਸਤਰੇ ਮਿਲਦੇ ਪਏ ਨੇ, ਕੱਪੜੇ ਹੀ ਨਹੀਂ ਗਏ, ਕੱਪੜੇ ਵੀ ਦੇ ਦੇਣੇ, ਪਰ ਚੋਰੀ ਕਰਨ ਦੀ ਕੋਈ ਮਜਬੂਰੀ ਨਹੀਂ ਹੋ ਸਕਦੀ। ਆਪਾਂ ਭਾਈ ਸਾਹਿਬ ਨੇ ਗੱਲਬਾਤ ਕਰਾਂਗੇ। ਭਾਈ, ਕੀ ਨਾਮ ਤੁਹਾਡਾ? ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਨਾਮ ਜਤਿੰਦਰ ਹੈ ਜੀ। ਕਿੱਥੋਂ ਪਕੜਿਆ ਗਿਆ ਵਿਅਕਤੀ ਹੈ? ਭਾਜੀ ਇਹ ਪਹਿਲਾਂ 2-3 ਵਾਰ ਫੜ ਚੁੱਕੇ ਹਾਂ ਅਸੀਂ ਇਹਨੂੰ, ਪਹਿਲਾਂ ਇਹ ਫੂਡ ਦੀ ਏਜੰਸੀ ਕੋਲ ਫੜਿਆ ਸੀ, ਹੁਣੇ ਹਾਈਵੇ ਗਰਾਜ ਇਧਰਲੀ ਸਾਈਡ ਇੱਥੋਂ ਫੜਿਆ ਵਾ। ਅੱਗੇ ਵੀ ਇਹ ਟਰਾਲੀਆਂ 'ਚ ਘੁੰਮਦਾ ਸਾਨੂੰ ਪਾਇਆ ਗਿਆ ਵੇ, ਅੱਗੇ ਅਸੀਂ ਵਾਰਨਿੰਗ ਦੇ ਕੇ ਛੱਡ ਦਿੰਦੇ ਸੀ ਇਹਨਾਂ ਨੂੰ, ਸਾਡੇ ਕੋਲ ਪਹਿਲਾਂ ਵੀ ਇਹਨਾਂ ਦੀਆਂ ਫੋਟੋਆਂ ਖਿੱਚੀਆਂ ਹੋਈਆਂ ਨੇ, ਅਸੀਂ ਆਪਣਾ ਉਹ ਪਬਲਿਕ ਨਹੀਂ ਕਰਦੇ ਵੇ, ਸਾਡਾ ਗਰੁੱਪ ਬਣਿਆ ਹੋਇਆ ਉਹਦੇ 'ਚ ਅਸੀਂ ਸ਼ੇਅਰ ਕਰ ਲੈਂਦੇ ਹਾਂ ਜ਼ਰੂਰ। ਇਹਨਾਂ ਦਾ ਨਾਮ ਹੈ ਜੀ ਦੁਸ਼ਯੰਤ, ਇਹ ਇੱਥੋਂ ਫੜੇ ਗਏ ਆ ਹਾਈਵੇ ਗਰਾਜ ਤੋਂ। ਇਹ ਟਰੈਕਟਰਾਂ ਦੀਆਂ ਜਿਹੜੀਆਂ ਲਿਫਟਾਂ ਦੀਆਂ ਜਿਹੜੀਆਂ ਆਪਣੀਆਂ ਡਰਾਈਵਰਾਂ ਦੀ ਸੀਗੀਆਂ, ਉਹ ਇਹਨਾਂ ਤੋਂ 2 ਬਰਾਮਦ ਕੀਤੀਆਂ, ਐਟ ਅ ਟਾਈਮ ਇਹ ਫੜੇ ਗਏ ਆ। ਸੋ ਅੱਗੇ ਵੀ ਆਪਣਾ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡਤਾ ਸੀ, ਬਟ ਇਹ ਆਉਂਦੇ ਨਹੀਂ ਹੈਗੇ, ਲੋਟ ਨਹੀਂ ਆਉਂਦੇ ਜੀ। ਫਿਰ ਇਹਨਾਂ ਨੂੰ ਆਪਾਂ ਕੀ ਕੀਤਾ, ਇਹਨਾਂ ਦੀ ਸੇਵਾ ਲਈ ਇੱਥੇ ਬਿਲਡਿੰਗ ਸਾਫ਼ ਕਰਾਉਣ ਦੀ, ਬਿਲਡਿੰਗ ਸਾਫ਼ ਕਰਾਈ ਇਹਨਾਂ ਤੋਂ। ਉਸ ਤੋਂ ਬਾਅਦ ਉੱਥੇ ਵੀ ਇਹਨੇ ਕੀ ਕੀਤਾ, ਇਹਨੇ ਨੰਗੀ ਤਾਰ ਕਰੰਟ ਵਾਲੀ ਫੜ ਲੱਗਾ ਸੀ ਵੀ ਮੈਂ ਮਰ ਜਾਣਾ ਵਾਂ, ਅਤੇ ਬਟ ਗੱਲ ਇੱਦਾਂ ਵੀ ਲੋਕ ਸੋਚਦੇ ਵੀ ਇਹ ਮੈਂਟਲੀ ਅਪਸੈਟ ਹੈ ਜਾਂ ਕਿੱਦਾਂ। ਹੁਣ ਸਾਨੂੰ ਅੱਜ 45ਵਾਂ ਦਿਨ ਹੋ ਗਿਆ ਇੱਥੇ ਆਇਆ ਨੂੰ, ਅਤੇ ਉੱਦਣ ਦੇ ਅਸੀਂ ਕੇਸ ਇਹ ਬੜੀ ਦੇਰ ਦੇ ਦੇਖ ਰਹੇ ਹਾਂ। ਇਹਨਾਂ ਦਾ ਇੱਕੋ ਰਟਿਆ ਪਿਟਿਆ ਬਿਆਨ ਹੈ ਵੀ ਸਾਡੇ ਕੋਲ ਸਾਡਾ ਫੋਨ ਵੀ ਚੋਰੀ ਹੋ ਗਿਆ, ਸਾਡਾ ਆਈਡੀ ਪ੍ਰੂਫ ਵੀ ਚੋਰੀ ਹੋ ਗਿਆ, ਸਭ ਕੁਝ ਚੋਰੀ ਹੋ ਗਿਆ, ਸਾਡੇ ਕੋਲ ਕੁਛ ਹੈ ਨਹੀਂ। ਸੋ ਇਹ ਪਹਿਲਾਂ ਹੀ ਇਹ ਪਲਾਨ ਕਰਕੇ ਆਉਂਦੇ ਆ ਵੀ ਇੱਕ ਤਾਂ ਨਸ਼ੇ ਦੀ ਹਾਲਤ 'ਚ ਆਉਂਦੇ ਆ, ਉਸ ਤੋਂ ਬਾਅਦ ਇਹਨਾਂ ਕੋਲ ਆਈਡੀ ਪ੍ਰੂਫ ਕੋਈ ਹੁੰਦਾ ਨਹੀਂ ਵੀ ਜੇ ਇਨਕੇਸ ਫੜੇ ਜਾਈਏ ਤਾਂ ਅਸੀਂ ਇੱਦਾਂ ਕਹਿ ਦਈਏ। ਸੋ ਇੱਦਾਂ ਦੇ ਜਿਹੜੇ ਐਕਟ ਕਰਦੇ ਆ ਵੀ ਪਟੈਂਡ ਕਰਦੇ ਵੀ ਅਸੀਂ ਮਾਨਸਿਕ ਸਾਡਾ ਸੰਤੁਲਨ ਠੀਕ ਨਹੀਂ ਗਾ, ਇੱਕ ਪਹਿਲਾਂ ਵੀਰ ਫੜਿਆ ਸੀ ਉਹਨੇ ਮੂੰਹ 'ਚ ਬਲੇਡ ਪਾ ਲਿਆ ਸੀ, ਕੰਧਾਂ 'ਚ ਸਿਰ ਮਾਰ ਲੱਗ ਗਿਆ ਸੀ, ਬਟ ਇੱਦਾਂ ਹੀ ਉਹਨੂੰ ਖੜਾ ਕੇ ਇੱਕ ਵਾਰ ਬਿਠਾ ਕੇ ਸਮਝਾਇਆ, ਬਹੁਤ ਪਿਆਰ ਨਾਲ ਉਹਨੂੰ ਸਮਝਾਇਆ, ਉਹ ਵੀਰ ਸਮਝ ਗਿਆ ਚਲੇ ਗਿਆ। ਉਹ ਮੀਡੀਆ 'ਤੇ ਨਸ਼ਰ ਨਹੀਂ ਕੀਤਾ ਅਸੀਂ, ਅਤੇ ਇੱਥੇ ਮੀਡੀਆ ਹੈ ਨਹੀਂ ਸੀ ਉਦੋਂ, ਅਤੇ ਹੁਣ ਇਹ ਵੀਰ ਹੈ ਇਹਨਾਂ ਨੂੰ, ਹੁਣ ਵੀ ਅਸੀਂ ਉਹ ਤੋਂ ਬਾਅਦ ਵੀ ਅਸੀਂ ਗਰਮ ਕੱਪੜੇ ਦਿੱਤੇ ਇਹਨਾਂ ਨੂੰ ਵੀ ਜੇ ਕੋਈ ਇਹਨਾਂ ਨੂੰ ਹੁਣ ਵੀ ਕਿਹਾ ਵੀ ਜੇ ਤੁਹਾਨੂੰ ਕੋਈ ਹੋਰ ਵੀ ਤੰਗੀ ਆਉਂਦੀ ਹੈ ਤੁਸੀਂ ਇੱਥੇ ਆ ਕੇ ਰਹਿ ਸਕਦੇ ਹੋ, ਤੁਸੀਂ ਰੋਟੀ ਪਾਣੀ ਖਾ ਸਕਦੇ ਹੋ, ਵੈਸੇ ਇਹ ਨਰੇਲਾ ਦੇ ਨੇੜੇ ਹੀ ਆ, ਨਰੇਲਾ ਵਾਲੇ ਵੀਰ ਜਿਹੜੇ ਕੁਛ ਹੈਗੇ ਆ ਬਹੁਤ ਸਾਡੀ ਹੈਲਪ ਵੀ ਕਰ ਰਹੇ ਆ, ਪਰ ਇਹ ਉਹਨਾਂ ਦਾ ਨਾਂ ਜਿੱਦਾਂ ਬਦਨਾਮ ਕਰ ਰਹੇ ਹਨ। ਇਹਨਾਂ ਨੂੰ ਕਿੰਨੀ ਵਾਰ ਅਸੀਂ ਕਿਹਾ ਵੀ ਇੱਥੇ, ਉੱਦਣ ਵੀ ਇਹਨੂੰ ਕਿਹਾ ਸੀ ਇੱਦਣ ਪਹਿਲਾਂ ਫੜਿਆ ਗਿਆ ਵੀ ਇੱਥੇ ਆ ਕੇ ਤੁਸੀਂ ਰੋਟੀ ਪਾਣੀ ਖਾਣਾ ਦੱਸੋ, ਇਹਨਾਂ ਨੂੰ ਕੰਬਲ ਦੇ ਰਹੇ ਹਾਂ ਅਸੀਂ, ਹਰ ਚੀਜ਼ ਜਿਹੜੀ ਚੀਜ਼ ਆਪਣੇ ਡੇਲੀ ਨੀਡਸ ਚਾਹੀਦੀਆਂ ਵਾ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਬਟ ਫਿਰ ਵੀ ਇਹ ਸਾਡੇ ਹੀ ਚੋਰੀਆਂ ਕਰ ਰਹੀਆਂ ਵਿੱਚ। ਟਰੈਕਟਰ 'ਚ ਹੋਰ ਕੀ ਲਾਇਆ ਸੀ? ਟਰੈਕਟਰ 'ਚ ਸਮਾਨ ਤੁਸੀਂ ਕਹਿੰਦੇ ਹੋ, ਹੋਰ ਕੀ ਪਲੇਟਾਂ? ਇਹ ਲਿਫਟ ਦੇ ਜਿਹੜੀ ਨਾਲ ਲਿਫਟ ਹੁੰਦੀ ਨਾ ਟਰੈਕਟਰ ਦੀ, ਉਹਦੇ ਡਰਾਈਵਰਸ ਕਹਿੰਦੇ ਆ ਉਹਨੂੰ, ਉਹਨੂੰ ਜਿਹੜੀ ਲਿਫਟ ਚੱਕਦੀ ਹੈ ਜਿਹੜੀ ਉਹ ਪਲੇਟ, ਹੁਣ ਅਸੀਂ 2 ਵੀਰ ਜਿਹਨਾਂ ਦੀਆਂ ਹੈਗੀਆਂ ਸੀਗੀਆਂ ਉਹ ਆਪਣਾ ਡਿਟੇਲ ਲਿਖ ਕੇ ਦੇ ਕੇ ਗਏ ਆ ਸਾਨੂੰ, ਉਹਨਾਂ ਨੇ ਪਹਿਲਾਂ ਲਿਖਾਤੀਆਂ ਸੀ, ਫਿਰ ਉਹਨਾਂ ਨੂੰ ਫੋਨ ਕੀਤਾ ਅਸੀਂ, ਫੋਨ ਕਰਕੇ ਫਿਰ ਉਹਨਾਂ ਨੂੰ ਅਸੀਂ ਪ੍ਰੋਵਾਈਡ
ਕਰਵਾਤੀਆਂ ਉਹ ਭੈਣ ਜੀ ਨੇ ਪਹਿਲਾਂ ਕੀਤਾ ਕਵਰ ਅਤੇ ਉਹਨਾਂ ਨੂੰ ਪ੍ਰੋਵਾਈਡ ਕਰਵਾਤੀਆਂ ਬਟ ਇਹਨਾਂ ਕੋਲ ਇੱਕ ਫੋਨ ਵੀ ਬਰਾਮਦ ਹੋਇਆ ਹੈ ਸਾਨੂੰ ਸ਼ੱਕ ਹੈ ਵੀ ਉਹ ਚੋਰੀ ਦਾ ਅਸੀਂ ਇਹਨਾਂ ਨੂੰ ਕਿਹਾ ਵੀ ਜਦ ਤੱਕ ਬਿੱਲ ਨਹੀਂ ਆਉਂਦਾ ਉਹਦਾ ਅਤੇ ਜਦ ਤੱਕ ਇਹਨਾਂ ਦਾ ਕੋਈ ਮੋਹਤਵਾਰ ਬੰਦਾ ਇੱਥੇ ਆ ਕੇ ਇਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਦਾ ਉਦੋਂ ਤੱਕ ਅਸੀਂ ਨਹੀਂ ਛੱਡਾਂਗੇ ਹੁਣ ਅਸੀਂ ਪੁਲਿਸ ਨੂੰ ਅਸੀਂ ਤਾਂ ਨਹੀਂ ਦਿੱਤਾ ਅਜੇ ਤੱਕ ਕਿਉਂਕਿ ਪੁਲਿਸ ਨੂੰ ਅਸੀਂ ਪਹਿਲਾਂ ਵੀ ਕਈ ਬੰਦੇ ਦੇ ਚੁੱਕੇ ਹਾਂ ਉਹ ਫਿਰ ਜ਼ਮਾਨਤ 'ਤੇ ਆ ਜਾਂਦੇ ਆ ਫਿਰ ਉਹ ਆਪਣਾ ਫਿਰ ਉਹੀ ਕੰਮ ਕਰਦੇ ਰਹਿੰਦੇ ਆ ਸਜ਼ਾ ਦੀ ਇਹੀ ਸੀ ਵੀ ਇਹਨੂੰ ਸਾਰਾ ਸਾਫ਼ ਕਰਾਇਆ ਗਿਆ ਸਫਾਈ ਹਾਂਜੀ ਹੁਣ ਅਸੀਂ ਆਹੀ ਕੰਮ ਕਰਦੇ ਹਾਂ ਜੀ ਜਿਹੜੇ ਬੰਦੇ ਫੜੇ ਜਾਂਦੇ ਆ ਸਾਡੇ ਕੋਲ ਸਫਾਈ ਦਾ ਥੋੜ੍ਹਾ ਜਿਹਾ ਰਹਿੰਦਾ ਵਾ ਫਿਰ ਉਹਨਾਂ ਦੀ ਸਫਾਈ ਦੀ ਸੇਵਾ ਲਾ ਦਿੰਦੇ ਤੁਸੀਂ ਕੰਬਲ ਵਗੈਰਾ ਜੋ ਵੀ ਚੀਜ਼ ਹੁੰਦੀ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਦਿੱਤੇ ਆ ਆਪ ਵੀ ਕਹਿ ਰਹੇ ਆ ਕਹਿੰਦੇ ਮੈਂ ਕੋਈ ਇੱਦਾਂ ਦਾ ਕੰਮ ਕਰਨਾ ਚਾਹੁੰਦਾ ਵੀ ਡਿਊਟੀ ਕਰਨਾ ਚਾਹੁੰਦਾ ਮੈਂ ਸੋ ਇਹਨਾਂ ਦੀ ਤਾਂ ਹੀ ਅਸੀਂ ਸਫਾਈ ਦੀ ਡਿਊਟੀ ਲਾਈ ਸੀ ਹੁਣ ਬਾਕੀ ਤੁਸੀਂ ਇਹਨਾਂ ਨੂੰ ਆਪ ਵੀ ਪੁੱਛ ਸਕਦੇ ਹੋ ਕੀ ਨਾਮ ਕਿਆ ਆਪਕਾ ਦੁਸ਼ਯੰਤ ਨਾਮ ਹੈ ਅੱਛਾ ਕੀ ਜੂਤ ਕਿਆ ਬੜੀ ਆਪਕੋ ਯਹਾਂ ਪਰ ਲੰਗਰ ਮਿਲ ਰਹਾ ਥਾ ਕਿਸ ਚੀਜ਼ ਕੀ ਕਮੀ ਹੈ ਆਪਕੋ ਜੋ ਆਪ ਚੋਰੀ ਕਰਨੇ ਲਗੇ ਕਿਸੇ ਚੀਜ਼ ਕੀ ਜੋ ਨਹੀਂ ਬਸ ਆਏ ਦਿਮਾਗ ਮੈਂ ਪਤਾ ਨਹੀਂ ਕਿਆ ਇੱਕਦਮ ਉਹ ਆਏ ਬਸ ਦੋ ਵਾਰੀ ਪਕੜੇ ਗਏ ਬੋਲ ਰਹੇ ਆਪ ਮੈਂ ਪਹਿਲੇ ਕਭੀ ਨਹੀਂ ਆਇਆ ਇਧਰ ਮੈਂ ਪਹਿਲੇ ਕਭੀ ਇਧਰ ਨਹੀਂ ਆਇਆ ਵਾਕਰ ਆਪਕੀ ਭਾਈ ਫੋਟੋ ਹੈ ਸਾਰੀ ਭਾਈ ਮੇਰੀ ਫੋਟੋ ਦਿਖਾ ਸਕਤੇ ਹੈ ਉਹ ਤਾਂ ਮੈਂ ਆਪਣੇ ਮਾਨਨੇ ਕੇ ਲਈ ਤਿਆਰ ਹੂੰ ਮੈਂ ਮਾਨਨੇ ਕੇ ਲਈ ਤਿਆਰ ਹੂੰ ਇਹ ਝੂਠ ਬੋਲਦਾ ਮੈਂ ਮਾਨਨੇ ਕੇ ਲਈ ਤਿਆਰ ਰਾਤ ਨੂੰ ਮੈਂ ਪੈਰੀ ਤੀ ਹੁੰਨਾ ਜੀ ਤੇ ਖਾਲਸਾ ਕੋਲ ਤੇ ਦੋ ਵਾਰੀ ਫੜੇ ਮੈਂ ਬੰਦਾ ਇਹਨੂੰ ਹੱਥ ਬੰਨ ਕੇ ਬੇਨਤੀ ਕਰਕੇ ਮੈਂ ਹੋਰ ਸੂਈਟਾ ਬਟ ਪਾ ਕੇ ਆਇਆ ਮੈਂ ਕਿਹਾ ਯਾਰ ਹੱਥ ਬੰਨ ਕੇ ਬੇਨਤੀ ਹੈ ਤਾਂ ਪਹਿਲਾਂ ਹੀ ਇੱਥੇ ਪਰੇਸ਼ਾਨ ਆ ਸਾਨੂੰ ਹੋਰ ਪਰੇਸ਼ਾਨ ਨਾ ਕਰ ਉਦੋਂ ਕੋਲ ਬਰਾਮਦ ਨਹੀਂ ਹੋਇਆ ਤਿਆਰੀ 'ਚ ਸੀਗਾ ਹੁਣ ਇਹ ਟਰੈਲੀਆਂ ਦੇ ਵਿੱਚੋਂ ਜਿੱਥੇ ਟਰੈਕਟਰਾਂ ਦੇ ਨੇੜੇ ਤੋਂ ਫੜਿਆ ਸੀ ਡਰਾਈਵਰ ਮੌਕੇ 'ਤੇ ਮਤਲਬ ਡਰਾਈਵਰ ਉਤਾਰਦਾ ਇਹ ਅੱਛਾ ਕਿਆ ਆਪਕੀ ਮਜ਼ਬੂਰੀ ਕਿਆ ਨਸ਼ਾ ਕਰਤੇ ਹੋ ਪੈਸੇ ਨਹੀਂ ਹੈ ਖਾਣੇ ਕੇ ਲਈ ਕੁਛ ਨਹੀਂ ਹੈ ਮਜ਼ਬੂਰੀ ਬਤਾਓ ਆਪਕੀ ਹੈਲਪ ਕਰੇਂਗੇ ਮਦਦ ਕਰੇਂਗੇ ਨਸ਼ਾ ਹੀ ਥੋੜ੍ਹਾ ਬਹੁਤ ਨਸ਼ਾ ਲੈ ਲੈਤੇ ਔਰ ਬਾਕੀ ਉਸਕੇ ਬਾਅਦ ਆਪਣੀ ਗਲਤੀ ਮਾਨੀ ਮੈਨੇ ਕਿਹਾ ਮੇਰੀ ਵਜ੍ਹਾ ਸੇ ਮੇਰੇ ਨਰੇਲੇ ਕੇ ਆਸ ਪਾਸ ਕੇ ਲੋਕੋ ਕਾ ਥੋੜ੍ਹਾ ਵੋ ਨਾਮ ਖਰਾਬ ਹੁਆ ਹੈ ਬਾਕੀ ਅਬ ਮੈਂ ਯਹਾਂ ਪੇ ਕੁਛ ਟਾਈਮ ਸੇਵਾ ਕਰੂੰਗਾ ਜਬ ਤੱਕ ਯਹਾਂ ਪੇ ਆੰਦੋਲਨ ਚਲੇਗਾ ਉਸ ਦੌਰਾਨ ਸੇਵਾ ਕਰੂੰਗਾ ਆਪਣੀ ਯਹਾਂ ਪੇ ਆਪਣਾ ਜੋ ਮੈਨੇ ਪਾਪ ਕਿਆ ਉਸਕਾ ਥੋੜ੍ਹਾ ਪੁਣ ਪਛਤਾਪ ਕਰੂੰਗਾ ਆਪਣੇ ਅੱਛਾ ਆਪ ਅਗਰ ਨਸ਼ਾ ਛੋੜ ਦੋਗੇ ਨਾ ਆਪਕੋ ਸਾਰੀ ਚੀਜ਼ੇ ਦੇਂਗੇ ਆਪਕੋ ਦੇਖੋ ਅਭੀ ਕੰਬਲ ਦੀ ਹੈ ਜਰਾਬੇ ਦੀ ਹੈ ਇਹ ਸਭ ਕੁਛ ਦੇ ਦੇਂਗੇ ਆਪ ਬੋਲਤੇ ਵੀ ਨਸ਼ਾ ਨਹੀਂ ਕਰੋਗੇ ਵੀ ਆਪ ਆਪ ਮੈਂ ਇਹ ਬੋਲਤਾ ਹੂੰ ਆਪਣਾ ਨਸ਼ਾ ਨਹੀਂ ਕਰੂੰਗਾ ਸਾਰਾ ਭਾਈ ਸਾਰਾ ਸਮਾਨ ਦੋਗੇ ਇਹਨਾਂ ਨੂੰ ਨਸ਼ਾ ਨਹੀਂ ਕਰਨਗੇ ਬਿਲਕੁਲ ਭਾਅ ਜੀ ਇਸ ਤਾਂ ਹੁਣ ਵੀ ਦਿੱਤੇ ਆ ਜਿਹੜੀ ਇਹਨੂੰ ਚੀਜ਼ ਚਾਹੀਦੀ ਹੈ ਅਸੀਂ ਰਹਿਣ ਲਈ ਜਗ੍ਹਾ ਵੀ ਦੇ ਸਕਦੇ ਹਾਂ ਇਹਨੂੰ ਪਰ ਗੱਲ ਇੱਦਾਂ ਵੀ ਚੋਰੀ ਨਾ ਕਰੇ ਪਰ ਸਾਡੇ ਨਾਲ ਹੀ ਰਹਿ ਕੇ ਸਾਡੇ ਨਾਲ ਪੱਕਾ ਚੋਰੀ ਨਹੀਂ ਕਰੋਗੇ ਪੱਕਾ ਬੋਲਤਾ ਹੈ ਮੈਂ ਪੱਕਾ ਬੋਲੂ ਕਿ ਚੋਰੀ ਨਹੀਂ ਕਰਨੀ ਚਾਹੇ ਮਰਨਾ ਮੇਰੇ ਕੋ ਚਾਹੇ ਬੇਸਕ ਸੇ ਭੁੱਖੇ ਮਰਨਾ ਪੜ ਜਾਓ ਚੋਰੀ ਨਹੀਂ ਕਰਨੀ ਅੱਛਾ ਆਪ ਇਹਨੂੰ ਸੱਚ ਬੋਲਣਾ ਇੱਕ ਤਾਂ ਇਹਨੂੰ ਸੱਚ ਬੋਲਣਾ ਦੂਸਰੀ ਬਾਤ ਕੋਈ ਵੀ ਚੀਜ਼ ਕੀ ਜ਼ਰੂਰਤ ਪੜੇਗਾ ਪੈਸੇ ਕੀ ਵੀ ਜ਼ਰੂਰਤ ਪੜੇਗੀ ਨਾ ਆਪਕੋ ਇਹ ਇਨਕੋ ਬਤਾਨਾ ਆਪ ਲੇਕਿਨ ਨਸ਼ਾ ਨਹੀਂ ਕਰਨਾ ਨਸ਼ਾ ਨਹੀਂ ਕਰਨਾ ਬਾਕੀ ਅਗਰ ਮੇਰੇ ਕੋਈ ਜ਼ਰੂਰਤ ਪੜਤੀ ਹੈ ਮੈਂ ਇਨਕੋ ਆਪਣੇ ਮਗਰ ਆਪਣਾ ਮਾਰਗ ਦਰਸ਼ਨ ਸਮਝੂੰਗਾ ਮੈਂ ਇਸ ਟਾਈਮ ਮੇਰੇ ਕੋ ਕਿਆ ਕਹਤੇ ਹੈ ਉਸਕੋ ਮਾਰਗ ਦਿਖਾਨੇ ਵਾਲੇ ਹੈ ਜੋ ਭਗਵਾਨ ਹੀ ਹੈ ਇੱਕ ਤਰੀਕੇ ਸੇ ਜੋ ਮੇਰੇ ਕੋ ਭਗਵਾਨ ਨਹੀਂ ਹੈ ਨਹੀਂ ਭਗਵਾਨ ਨਹੀਂ ਕੋਈ ਜੋ ਵੀ ਕੁਝ ਹੈ ਬਾਕੀ ਆਪਣੀ ਔਰ ਸੇ ਸੇਵਾ ਕਰਨੀ ਹੈ ਆਪਣੀ ਔਰ ਸੇ ਸੇਵਾ ਕਰਨੀ ਹੈ ਬਾਕੀ ਆਪਣਾ ਪਰਮਾਤਮਾ ਹੀ ਸੇਵਾ ਕਰੇਗਾ ਬਾਕੀ ਭਾਈਓ ਦਾ ਜੇ ਦੁਬਾਰਾ ਚੋਰੀ ਕਰਤਾ ਫੜਿਆ ਗਿਆ ਫੇਰ ਆਗੇ ਹੋ ਸਕਦਾ ਪਰਮਾਤਮਾ ਕਿਆ ਦਾ ਕਾਂ ਹੋਈ ਕਈ ਅਗਰ ਦੁਬਾਰਾ ਚੋਰੀ ਕਰਤੇ ਪਕੜੇ ਗਏ ਤਾਂ ਫੇਰ ਚੋਰੀ ਕਰਤੇ ਪਕੜੇ ਗਏ ਤਾਂ ਉਹ ਕਿਆ ਕਹਤੇ ਆਪਣਾ ਜੋ ਕਿਆ ਕਹਤੇ ਹੋ ਮੈਂ ਆਪਣੇ ਆਪਕੋ ਮਰਵਾਨਾ ਮਰਵਾਨਾ ਆਪਣੇ ਆਪਕੋ ਯੇ ਕਹੂੰਗਾ ਮੇਰੇ ਕੋ ਖਤਮ ਕਰ ਮੇਰੇ ਕੋ ਫਾਸੀ ਦੇ ਨਦੇਲਾ ਕੇ ਰਹਿਣੇ ਵਾਲੇ ਹੋ ਨਾ ਅਗਰ ਆਪਕੋ ਦਿੱਕਤ ਹੋਤੀ ਹੈ ਕਿਸੇ ਚੀਜ਼ ਕੀ ਜ਼ਰੂਰਤ ਹੈ ਬੂਟ ਪੈਂਟ ਕਪੜਾ ਕੁਛ ਵੀ ਚਾਹੀਏ ਆਪਕੋ ਦੇ ਦੇਂਗੇ ਕਲੋਨੀ ਮੇ ਰਹਤੇ ਨਰੇਲੇ ਕੇ ਪਾਸ ਸੌਤੰਤਰ ਨਗਰ ਹੈ ਵਾ ਕਲੋ ਰਹਿਨੇ ਕੀ ਵੀ ਦਿੱਕਤ ਤਾਂ ਰੱਖ ਵੀ ਲੇਂਗੇ ਆਪਕੋ ਲੇਕਿਨ ਚੋਰੀ ਨਹੀਂ ਕਰਨੀ ਨਹੀਂ ਚੋਰੀ ਨਹੀਂ ਬਿਲਕੁਲ ਪੱਕਾ ਪ੍ਰੋਮਿਸ ਕਰਤੇ ਹੈ ਚੋਰੀ ਨਹੀਂ ਕਰਨੀ ਨਸ਼ਾ ਨਹੀਂ ਕਰਨਾ ਕਿਸੇ ਚੀਜ਼ ਕੋ ਕੋਈ ਜ਼ਰੂਰਤ ਪੜੇ ਇਨਕੋ ਬਿਲਕੁਲ ਬਿਲਕੁਲ ਸੋਨੇ ਕੇ ਲਈ ਠੀਕ ਹੈ ਭਾਈ ਠੀਕ ਹੈ ਭਾਜੀ ਭਾਜੀ ਬਿਲਕੁਲ 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 ਮੈਂ ਇਹ ਪਹਿਲੇ ਵੀ ਆਪਨੇ ਅਭੀ ਬੋਲਾ ਮੈਂ ਇਨਕੋ ਸਰ ਕੋ ਪਹਿਲੇ ਵੀ ਬੋਲ ਰਹਾ ਥਾ ਇਹ ਬਾਤ ਮਗਾ ਸਰ ਮੈਂ ਸੇਵਾ ਇਨਹੋਨੇ ਮੇਰੇ ਕੋ ਜਾ ਬਿੱਲ ਲੈ ਗਿਆ ਮਗਾ ਸਰ ਮੇਰੀ ਮਿਹਨਤ ਕਾ ਪੈਸਾ ਹੋਗਾ ਮਿਹਨਤ ਕਰਕੇ ਮੈਂ ਮੋਬਾਈਲ ਮੇਰਾ ਹੈ ਤਾਂ ਇਨਹੋਨੇ ਕਾ ਬਿੱਲ ਲੈ ਗਿਆ ਮਗਾ ਠੀਕ ਹੈ ਮੈਂ ਬਿੱਲ ਲੈ ਗਿਆ ਤਾਂ ਸਰ ਮੋਬਾਈਲ ਇਹਨਾਂ ਦਾ ਸਾਡੇ ਮੋਬਾਈਲ ਇਹਨਾਂ ਦਾ ਸਾਡੇ ਕੋਲ ਹੈ ਭਾਈ ਨੇ ਮੋਬਾਈਲ ਨੂੰ ਦੇ ਦੇ ਜੇ ਬਿੱਲ ਵੈਰੀਫਾਈ ਕਰਕੇ ਮੈਂ ਤੁਹਾਨੂੰ ਦੱਸਦਾ ਮੋਬਾਈਲ ਸਾਡੇ ਕੋਲ ਹੈ ਇਹ ਬਿੱਲ ਲੈ ਆਉਣ ਇੱਥੇ ਆ ਜਾਣ ਬਿੱਲ ਲੈ ਕੇ ਅਸੀਂ ਉਹਨਾਂ ਨੂੰ ਮੋਬਾਈਲ ਦੇ ਦੇਣਾ ਵਾ ਅਸੀਂ ਅੱਗੇ ਵੀ ਸਾਡੇ ਕੋਲ ਮੋਬਾਈਲ ਆਇਆ ਸਾਡੇ ਕੋਲ ਪਰਸ ਬਹੁਤ ਆਏ ਪਏ ਆ ਤੇ ਇੱਕ ਹੋਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਜਿਹੜੇ ਵੀਰਾਂ ਦੇ ਪਰਸ ਚੋਰੀ ਹੋਇਆ ਪੈਸਾ ਤਾਂ ਉਹਨਾਂ ਕੋਲ ਉਹਨਾਂ 'ਚ ਕੋਈ ਨਹੀਂਗਾ ਬਟ ਆਈਡੀ ਪ੍ਰੂਫ ਉਹਨਾਂ ਦੇ ਸਾਡੇ ਕੋਲ ਇੱਕ ਪੂਰਾ ਬੈਗ ਭਰਿਆ ਹੋਇਆ ਸਾਡੇ ਕੋਲ ਇੱਥੇ ਪਰਸ ਆ ਜਾਂਦੇ ਆ ਸੋ ਉਹ ਪਰਸ ਆ ਕੇ ਆਪਣੇ ਡਿਟੇਲ ਦੱਸ ਕੇ ਆਪਣਾ ਪਹਿਚਾਣ ਪੱਤਰ ਸਿੰਘੂ ਬਾਰਡਰ ਸਟੇਜ ਤੋਂ ਪਿੱਛੋਂ ਹਾਂਜੀ ਹਾਂਜੀ ਸਿੰਘੂ ਬਾਰਡਰ ਸਟੇਜ ਦੇ ਪਿੱਛੋਂ ਅਰੇ ਦੋਸਤ ਸੁਣ ਲਓ ਸੋਤੇ ਜੇ ਤੁਹਾਡਾ ਪਰਸ ਗਵਿੱਚਾ ਨਾਲ ਦੇ ਗਵਿੱਚਾ ਸਿੰਘੂ ਬਾਰਡਰ ਦੇ ਪਿੱਛੇ ਆ ਕੇ ਭਾਈ ਸਾਹਿਬ ਨੂੰ ਦੇਖ ਲਓ ਇਹ ਭਾਈ ਸਾਹਿਬ ਨੂੰ ਆ ਕੇ ਮਿਲਣਾ ਭਾਈ ਦਾ ਨਾਮ ਕੀ ਹੈ ਮੇਰਾ ਨਾਮ ਜਤਿੰਦਰ ਹੈ ਜੀ ਮੇਰਾ ਫੋਨ ਨੰਬਰ ਹੈ
77-271, 77-103, 77-271, ਕਿਸੇ ਦਾ ਵੀ ਜਿਹਨਾਂ ਦਾ ਪਰਸ ਚੋਰੀ ਹੋਇਆ ਸਾਰੇ ਤਾਂ ਸਾਡੇ ਕੋਲ ਨਹੀਂ ਹੈਗੇ, ਬਟ ਬਹੁਤ ਜ਼ਿਆਦਾ ਨੇ, ਤੋ ਆ ਕੇ ਉਹ ਆਪਣੇ ਆਪਣੇ ਲੈ ਜਾਣ ਅਤੇ ਅਸੀਂ ਆਪ ਚਾਹੁੰਦੇ ਹਾਂ ਜੇ ਨਹੀਂ ਅੰਦੋਲਨ ਜਦੋਂ ਖਤਮ ਹੁੰਦਾ ਅਸੀਂ ਬਾਏ ਪੋਸਟ ਵੀ ਇਹਨਾਂ ਨੂੰ ਭੇਜ ਦਾਂਗੇ, ਬਟ ਜੇ ਜਿਹੜੇ ਇੱਥੇ ਹੈਗੇ ਨੇ ਵੀਰ ਉਹ ਆਪਣੇ ਲੈ ਸਕਦੇ ਇੱਥੇ ਆ ਕੇ। ਮੈਂ ਇੱਕ ਆਖਰੀ ਗੱਲ ਕਰਨਾ, ਇਨਕੋ ਬਿੱਲ ਦੇ ਕੇ ਦਿਖਾ ਦੇਣਾ, ਆਪਣਾ ਫੋਨ ਲੈ ਜਾਣਾ, ਝੂਠ ਤੋਂ ਨਹੀਂ ਬੋਲ ਦੇਣਾ? ਨਹੀਂ ਪੱਕਾ ਪੱਕਾ, ਪ੍ਰੋਮਿਸ ਆਪਕਾ ਹੀ ਨਾ? ਪ੍ਰੋਮਿਸ ਮੇਰਾ, ਸੇਵਾ ਕਰੋਗੇ ਜਾਂ ਬਿਲਕੁਲ ਯੈਸ, ਜ਼ਬਰਦਸਤੀ ਨਹੀਂ ਆਪਣੇ ਮਨ ਸੇ, ਮਰਜ਼ੀ ਆਪਣੀ ਮਨ ਸੇ, ਪਛਤਾਵਾ ਹੋਇਆ? ਮੈਨੂੰ ਪਛਤਾਵਾ ਹੈ, ਪਛਤਾਵਾ ਹੈ, ਮੈਨੂੰ ਘਰਵਾਲੋਂ ਸੇ ਔਰ ਬਾਤ ਕਰਾ ਦੇ, ਇੱਕ ਵਾਰ ਘਰਵਾਲੋਂ ਸੇ ਬਾਤ ਹੋਈ ਹੈ? ਘਰ ਪੇ ਕੋਈ ਨਹੀਂ ਹੈ, ਇਹ ਘਰਵਾਲੋਂ ਸੇ ਬਾਤ ਕਰਵਾ ਦੇਂਗੇ ਨਾ? ਮੈਂ ਬਿੱਲ ਲਾ ਕੇ ਦੂੰਗਾ, ਬਿੱਲ ਲਾ ਕੇ ਦੂੰਗਾ, ਬਾਕੀ ਸੇਵਾ ਕਰੂੰਗਾ, ਬਾਕੀ ਇੱਕ ਦੋ ਵਾਰ ਮੈਂ ਆਪਣਾ ਸੁਧਾਰ ਕਰੂੰਗਾ, ਬਿੱਲ ਲਾ ਕੇ ਦਿਖਾਵਾਂ ਸੁਧਾਰ, ਬਾਕੀ ਇਨ ਕੋਈ ਮੇਰੇ ਉੱਪਰ ਵਿਸ਼ਵਾਸ ਹੋਊਗਾ, ਆਪਣਾ ਵਿਸ਼ਵਾਸ ਕਮਾਊਂਗਾ ਮੈਂ, ਜੋ ਮੈਨੂੰ ਦਿਆ ਇਹ ਇਹਨਾਂ ਨੇ ਦਿਆ, ਇਹ ਇਹਨਾਂ ਨੇ ਮੈਨੂੰ ਮੇਰੇ ਕੋ ਦਿਆ, ਕੁਛ ਖਾਣੇ ਕੋ ਵੀ ਦਿਆ, ਚਾਏ ਕੋਫੀ ਉਹ ਵੀ ਦਿਏ ਮੇਰੇ ਕੋ, ਆਪਣਾ ਸਮਝ ਕੇ ਕਿ ਬਾਈ ਪਛਤਾਵਾ ਆਪਣਾ ਕਰਨੇ ਲੱਗਾ, ਇੰਨੀ ਗੱਲ ਕਰਤੀ ਤੁਹਾਨੂੰ ਵਿਸ਼ਵਾਸ ਹੋ ਗਿਆ ਅੱਗੇ ਨੂੰ ਵਿਸ਼ਵਾਸ ਉੱਟਣ ਨਾ ਦੇ, ਮੈਂ ਵਿਸ਼ਵਾਸ ਹੀ ਤੋੜਨਾ, ਵਿਸ਼ਵਾਸ ਨਹੀਂ ਤੋੜਨਾ, ਆਪਣਾ ਵਿਸ਼ਵਾਸ ਨਹੀਂ ਤੋੜਨਾ। ਠੀਕ ਹੈ ਭਾਈ, ਪਕੜਿਆ ਗਿਆ ਸੀ ਇੱਥੋਂ ਟਰਾਲੀ ਤੋਂ ਚੋਰੀ ਕਰਦੇ ਸੀ, ਜਿਵੇਂ ਭਾਈ ਜੀ ਨੇ ਕਿਹਾ ਸਾਰਾ ਕੁਝ ਦਿੱਤਾ, ਉਹਨੇ ਵੀ ਮੰਨ ਲਿਆ ਕਿ ਮੈਂ ਚੋਰੀ ਨਹੀਂ ਕਰੂੰਗਾ, ਸੇਵਾ ਕਰੂੰਗਾ, ਇੱਥੇ ਆ ਕੇ ਮੋਬਾਈਲ ਇਹਨਾਂ ਦੇ ਕੋਲ ਹੈ, ਕਾਗਜ਼ ਦਿਖਾ ਕੇ ਮੋਬਾਈਲ ਲਿਜਾ ਸਕਦਾ। ਮੈਂ ਜੇ ਪਹਿਲਾਂ ਜ਼ਿਕਰ ਕਰਨਾ ਕਿ ਚੋਰ ਹੋਰ ਵੀ ਇੱਥੇ ਘੁੰਮਦੇ ਸੀ, ਪਰਸ ਚੋਰੀ ਕਰਦੇ ਨੇ, ਭਾਈ ਸਾਹਿਬ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, ਨੰਬਰ ਬੋਲ ਦਿੱਤਾ, ਤੁਹਾਡਾ ਪਰਸ ਨਹੀਂ ਹੈਗਾ, ਜੇ ਇੱਥੇ ਆ ਕੇ ਲੈ ਸਕਦੇ ਹੋ ਠੀਕ ਨੇ, ਤੁਹਾਨੂੰ ਬਾਏ ਪੋਸਟ ਲਈ ਕਰ ਦੇਣਗੇ, ਅਤੇ ਲਗਾਤਾਰ ਸਾਡੇ ਨਾਲ ਜੁੜਦੇ, ਤੁਹਾਨੂੰ ਕਿਸਾਨੀ ਸੰਘਰਸ਼ ਦੀ ਅੱਜ ਖਬਰ ਦਿਖਾਉਂਦੇ ਦਾਂਗੇ, ਤਾਂ ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਭਾਈ ਸਾਹਿਬ ਦੀ ਵੀਡੀਓ ਪਹੁੰਚ ਜਾਵੇ ਜਿਨ੍ਹਾਂ ਦੇ ਪਰਸ ਚੋਰੀ ਹੋਏ ਨੇ, ਔਰ ਇਹ ਬੰਦੇ ਦੀ ਵੀ ਗੱਲਾਂ ਤੇ ਸੁਣ ਲਓ, ਸੇਵਾ ਕਰਨ ਜ਼ਿਆਦਾ ਆਪਣੀ ਮਰਜ਼ੀ ਦੇ ਨਾਲ, ਕੋਈ ਧੱਕੇ ਨਾਲ ਨਹੀਂ, ਪਛਤਾਵਾ ਆ ਰਿਹਾ ਚੋਰੀ ਕਰਕੇ, ਕੋਈ ਵੀ ਚੀਜ਼ ਦੀ ਲੋੜ ਹੈ ਉਹ ਮਿਲਟਰੀ ਪ੍ਰੋਵਾਈਡ ਕਰਵਾ ਦੇਣੇ, ਪਰ ਹੁਣ ਚੋਰੀ ਨਹੀਂ ਕਰੇਗਾ, ਸ਼ਕਲ ਤੁਸੀਂ ਵੀ ਦੇਖ ਲਓ, ਜੇਕਰ ਚੋਰੀ ਕਰਦਾ ਪਕੜਿਆ ਗਿਆ ਕਹਿੰਦੇ ਕਿ ਜੋ ਮਰਜ਼ੀ ਹੋਏਗਾ ਤੁਸੀਂ ਕਰ ਲਿਆ ਜੀ।